ਅੱਜ ਆਪਾਂ ਗੱਲ ਕਰਾਂਗੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਲਗਭਗ 7 ਮਹੀਨੇ ਦਾ ਸਮਾਂ ਕਿਸਾਨ ਸੰਯੁਕਤ ਮੋਰਚੇ ਨੂੰ ਹੋ ਗਿਆ ਹੈ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ, ਔਰ ਕੇਂਦਰ ਸਰਕਾਰ ਨਾਲ ਇਹਨਾਂ ਦੀਆਂ ਲਗਭਗ 11 ਮੀਟਿੰਗਸ ਹੋ ਚੁੱਕੀਆਂ ਨੇ ਜਿਹੜੀਆਂ ਕਿ ਬਿਲਕੁਲ ਹੀ ਬੇਸਿੱਟਾ ਨਿਕਲੀਆਂ ਨੇ। ਹੁਣ ਪਿੱਛੇ ਜੇ ਕਿਸਾਨਾਂ ਵੱਲੋਂ ਪਹਿਲ ਕਰਦੇ ਹੋਏ ਕੇਂਦਰ ਸਰਕਾਰ ਨੂੰ ਦੁਬਾਰਾ ਗੱਲਬਾਤ ਸ਼ੁਰੂ ਕਰਨ ਵਾਸਤੇ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਗਈ ਸੀ, ਲੇਕਿਨ ਹਾਲੇ ਤੱਕ ਕੋਈ ਐਸੀ ਖਬਰ ਸਾਹਮਣੇ ਨਹੀਂ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੁਬਾਰਾ ਕਰਨ ਦਾ ਕੋਈ ਇਸ਼ਾਰਾ ਜਿਹੜਾ ਹੈ ਜਾਂ ਕੋਈ ਫੋਨ ਜਾਂ ਕੋਈ ਚਿੱਠੀ ਵਾਪਸੀ ਉਹਨਾਂ ਵੱਲੋਂ ਕਿਸਾਨਾਂ ਨੂੰ ਭੇਜੀ ਗਈ ਹੋਵੇ। ਤੁਹਾਨੂੰ ਦੱਸ ਦਈਏ ਕਿ ਹਰ ਵਰਗ ਦਾ ਜਿਹੜਾ ਬੰਦਾ ਹੈ ਉਹ ਕਿਸਾਨੀ ਅੰਦੋਲਨ 'ਚ ਜਾ ਕੇ ਬੈਠਾ ਹੈ, ਚਾਹੇ ਅਸੀਂ ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਜਾਂ ਜਿੰਨੇ ਵੀ ਭਾਰਤ ਦੇ ਸੂਬੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉੱਥੋਂ ਦੇ ਕਿਸਾਨ ਜਿਹੜੇ ਨੇ ਮੋਰਚੇ ਨਾਲ ਜੁੜੇ ਹੋਏ ਨੇ। ਹੁਣ ਆਪਾਂ ਗੱਲ ਕਰੀਏ ਕਿ ਇਹ ਕਿਸਾਨੀ ਮੋਰਚਾ ਜਿਹੜਾ ਹੈ ਇਹ ਲਾਣਾ ਕਿਉਂ ਪਿਆ, ਕਿਉਂਕਿ ਕੋਰੋਨਾ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਇੱਕ ਆਰਡੀਨੈਂਸ ਪਾਸ ਕਰਕੇ 3 ਕਾਨੂੰਨ ਬਣਾਏ ਗਏ ਸੀ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨ ਦੇ ਫਾਇਦੇ ਵਾਸਤੇ ਨੇ, ਕਿਸਾਨ ਹਿਤੈਸ਼ੀ ਨੇ ਇਹ ਬਿੱਲ, ਲੇਕਿਨ ਜਦੋਂ ਇਹਨਾਂ ਬਿੱਲਾਂ ਨੂੰ ਚੰਗੀ ਤਰ੍ਹਾਂ ਦੇਖਿਆ ਪੜ੍ਹਿਆ ਗਿਆ ਤਾਂ ਕਿਸਾਨਾਂ ਨੇ ਕਿਹਾ ਕਿ ਇਹ ਬਿੱਲ ਜਿਹੜੇ ਨੇ ਇਹ ਸਾਡੇ ਹੱਕ ਵਿੱਚ ਨਹੀਂ। ਇਹਨਾਂ ਬਿੱਲਾਂ ਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਗਿਆ ਤਾਂ ਕੁਛ ਮਹੀਨੇ ਜਿਹੜਾ ਹੈ ਰੇਲ ਰੋਕੋ ਅੰਦੋਲਨ ਪੰਜਾਬ ਵਿੱਚ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਹਰਿਆਣਾ ਤੋਂ ਹੁੰਦੇ ਹੋਏ ਕਿਸਾਨ ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਜਾ ਕੇ ਬੈਠ ਗਏ, ਜਿਹਦੇ 'ਚ ਹਰਿਆਣਾ ਦਾ ਪੂਰਾ ਸਾਥ ਮਿਲਿਆ। ਹੁਣ ਪੂਰਾ ਭਾਰਤ ਜਿਹੜਾ ਹੈ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੋਇਆ ਹੈ। ਜੇ ਆਪਾਂ ਗੱਲ ਕਰੀਏ ਪੋਲੀਟੀਕਲ ਪਾਰਟੀਆਂ ਦੀ ਤਾਂ ਹੁਣ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ 2022 ਦੀਆਂ ਵੋਟਾਂ ਦੀ ਤਿਆਰੀ ਕਰ ਰਹੀਆਂ ਨੇ, ਲੇਕਿਨ ਕਿਸਾਨਾਂ ਦਾ ਸੰਘਰਸ਼ ਉੱਥੇ ਬਰਕਰਾਰ ਹੈ। ਚਾਹੇ ਉਹ ਸਰਦੀ ਹੈ, ਗਰਮੀ ਹੈ, ਮੀਂਹ ਹੈ, ਹਨੇਰੀ ਹੈ, ਹਰ ਜਿਹੜਾ ਦੁੱਖ ਹੈ ਉਹ ਕਿਸਾਨਾਂ ਨੇ ਉੱਥੇ ਝੱਲ ਲਿਆ ਹੈ ਔਰ ਲਗਾਤਾਰ ਝੱਲ ਰਹੇ ਨੇ, ਕਿਉਂਕਿ ਉੱਥੇ ਬਜ਼ੁਰਗ ਸਾਡੇ ਬਾਬੇ ਨੇ, ਬੀਬੀਆਂ ਨੇ, ਲੇਡੀਜ਼ ਨੇ, ਬੱਚੇ ਨੇ, ਜਵਾਨ ਨੇ, ਜਿਹੜੇ ਆਪਣਾ ਸਾਰਾ ਕੰਮਕਾਰ ਛੱਡ ਕੇ ਇਹ ਕਿਸਾਨੀ ਸੰਘਰਸ਼ ਉੱਥੇ ਕਰ ਰਹੇ ਨੇ। ਲੇਕਿਨ ਇੱਕ ਪਾਸੇ ਹੁਣ ਕਿਸਾਨੀ ਮੋਰਚੇ ਨੇ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਆਪਣੇ ਪਿੰਡਾਂ ਵਿੱਚ ਨਾ ਵੜਨ ਦਿਓ, ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਾਡਾ ਮਸਲਾ ਹੱਲ ਹੋਣਾ, ਵੋਟਾਂ ਬਾਅਦ ਦੀਆਂ ਗੱਲਾਂ ਨੇ, ਉਹਦੇ 'ਚ ਬਹੁਤ ਟਾਈਮ ਹਾਲੇ ਪਿਆ ਹੈ। ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਦਾ ਕਹਿਣਾ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਕਿ ਅਸੀਂ ਤਾਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਰਹੇ ਹਾਂ, ਲੇਕਿਨ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਪ੍ਰੈਸ਼ਰ ਪੋਲੀਟੀਕਲ ਪਾਰਟੀਜ਼ ਨੂੰ ਸੈਂਟਰ 'ਤੇ ਪਾਉਣਾ ਚਾਹੀਦਾ ਸੀ ਉਹ ਸ਼ਾਇਦ ਨਹੀਂ ਪਿਆ ਹੈ। ਅਸੀਂ ਤਾਂ ਇੱਥੇ ਸੰਘਰਸ਼ ਕਰ ਰਹੇ ਹਾਂ ਔਰ ਇਹ ਸੰਘਰਸ਼ ਉਹਨਾਂ ਦਾ ਆਪਣਾ ਨਹੀਂ ਆ, ਉਹ ਸਾਰੇ ਦੇਸ਼ ਵਾਸਤੇ ਇਹ ਸੰਘਰਸ਼ ਕਰ ਰਹੇ ਨੇ। ਸੋ ਮੁੱਕਦੀ ਗੱਲ ਇਹ ਹੈ ਕਿ ਹੁਣ ਸੰਯੁਕਤ ਮੋਰਚੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਔਰ ਆਪਣੇ ਜਿਹੜੇ ਆਗੂ ਨੇ ਉਹਨਾਂ ਦੀਆਂ ਡਿਊਟੀਜ਼ ਲਗਾ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਵੋਟਾਂ ਮੰਗਣ ਵਾਸਤੇ ਆਪਣੇ ਘਰਾਂ 'ਚ ਨਹੀਂ ਆਉਣ ਦੇਣਾ ਚਾਹੀਦਾ। ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਹੈ ਕਿਸਾਨੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਵਾਉਣਾ, ਬਾਕੀ ਸਾਰੀਆਂ ਗੱਲਾਂ ਉਸ ਦੇ ਬਾਅਦ ਵਿੱਚ ਦੇਖੀਆਂ ਜਾਣਗੀਆਂ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ,
कबज़ तो छुटकारा पाने लई आ गया कबज़ हर चूरन। कबज़ हर चूरन नू अपनाओ ते कबज़ तो छुटकारा पाओ। हुण तक लखां मरीज ले चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।